ਤੁਸੀਂ ਮੇਰਾ ਨਾਂ ਲੈ ਦਿਓ, ਹਾਂਜੀ ਉਹਨਾਂ ਬੱਠਲ ਭਰ ਦਿੰਦੇ ਆ, ਉਹਦਾ ਨਾਂ ਨਾ ਲਓ, ਉਹਦਾ ਨਾਂ ਨਾ ਲਓ ਬਸ। ਉਹਦੇ ਕੋਲ ਸੁਖਦੇਵ ਸਿੰਘ ਢੀਂਡਸਾ ਕੀ ਕਹਿੰਦਾ ਸੀ ਜਦੋਂ ਮੈਂ 2014 'ਚ ਲੜਿਆ? ਸੁਖਦੇਵ ਸਿੰਘ ਢੀਂਡਸਾ ਕਹਿੰਦਾ ਅੱਜ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਸੀ, ਐਂ ਹੱਥ ਬੰਨੇ ਹੋਏ ਸੀ ਪੋਸਟਰ 'ਤੇ, ਕਿਸੇ ਕੰਨ 'ਤੇ ਲੱਗਿਆ ਹੋਣਾ, ਕਹਿੰਦਾ ਮੈਨੂੰ ਫੋਟੋ ਦੇਖ ਕੇ ਬਹੁਤ ਹਾਸਾ ਆਇਆ। ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ। ਮੈਂ ਕਿਹਾ ਫਿਰ ਢੀਂਡਸਾ ਸਾਹਿਬ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਉਨਾ ਚਿਰ ਮੇਰੀ ਫੋਟੋ ਦੇਖ ਕੇ ਹੱਸ ਲਓ, ਵੋਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰਾ ਟੱਬਰ ਰੋਇਆ ਕਰੋਗੇ ਤੁਸੀਂ। ਮੈਂ ਇੰਨੀ ਜਗ੍ਹਾ 'ਤੇ ਗਿਆ, ਚਾਹੇ ਹਰਿਆਣਵੀ 'ਚ ਬੋਲਣ, ਚਾਹੇ ਪੰਜਾਬੀ 'ਚ ਬੋਲਣ, ਚਾਹੇ ਹਿੰਦੀ 'ਚ ਬੋਲਣ, ਗੱਲ ਇੱਕੋ ਹੀ ਕਹਿੰਦੇ ਆ, ਮਾਰਾ ਪੀਛਾ ਛੁਡਵਾ ਦਿਓ ਭਾਜਪਾ ਸੇ, ਕਮਲ ਹੈ ਨਹੀਂ ਹਮਾਰੇ ਪਾਸ। ਕਿਤਨੇ ਹੈ ਪੰਜਾਬ ਮੇਂ ਕਿਤਨੇ ਐੱਮ ਐੱਲ ਏ? 117 ਮੇਂ ਸੇ 2 ਸਕੂਟਰ ਪੇ ਬੈਠ ਕੇ ਵੀ ਵਿਧਾਨ ਸਭਾ ਆ ਸਕਤੇ ਹੈ ਭਾਈ ਸਾਹਿਬ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਦਿਲ ਦੀਆਂ ਗਹਿਰਾਈਆਂ ਤੋਂ। ਜਾਖਲ ਮੰਡੀ ਦੇ ਵਿੱਚ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਆ ਕੇ ਖਰਾਬ ਮੌਸਮ ਦੇ ਬਾਵਜੂਦ ਮੇਰਾ ਮਾਨ ਸਨਮਾਨ ਔਰ ਪਾਰਟੀ ਦਾ ਮਾਨ ਸਤਿਕਾਰ ਵਧਾ ਰਹੇ ਹੋ। ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ, ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਮਾਵਾਂ ਭੈਣਾਂ, ਛੋਟੇ ਬੱਚੇ, ਸਾਡੀ ਪਾਰਟੀ ਦੇ ਜਾਖਲ ਦੇ, ਟੋਹਾਣੇ ਦੇ ਔਰ ਇੱਧਰੋਂ ਲਹਿਰਾ ਗਾਗਾ ਦੇ, ਮੂਣਕ ਦੇ, ਸਾਡੇ ਬੁਢਲਾਡੇ ਦੇ ਨੇਤਾ, ਦਰਜਾ ਬਦਰਜਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ, ਨਮਸਕਾਰ। ਦੋਸਤੋ, ਜਿਹੜਾ ਇਕੱਠ ਹੈ, ਮੈਨੂੰ ਲੱਗਦਾ ਨਹੀਂ ਕਿ ਇਸ ਇਕੱਠ ਮੂਹਰੇ ਕੁਛ ਹੋਰ ਬੋਲਣ ਦੀ ਲੋੜ ਹੈ, ਕਿਉਂਕਿ ਜਦੋਂ ਲੋਕ ਆਪ ਇਕੱਠੇ ਹੋਣ ਲੱਗ ਜਾਣ, ਜਦੋਂ ਲੋਕ ਆਪ ਮਕਾਨਾਂ 'ਚੋਂ ਅਤੇ ਦੁਕਾਨਾਂ 'ਚੋਂ ਨਿਕਲ ਕੇ ਆਪ ਕਿਸੇ ਬਦਲਾਅ ਵਾਸਤੇ, ਕਿਸੇ ਇਨਕਲਾਬ ਵਾਸਤੇ ਆਪ ਘਰੋਂ ਆਪਣੇ ਵਹੀਕਲਾਂ 'ਤੇ, ਆਪਣੇ ਵਾਹਨਾਂ 'ਤੇ ਆਪ ਆਪਣੇ ਆਪ ਆਉਣ, ਇਹਦਾ ਮਤਲਬ ਲੋਕ ਨਵੀਂ ਕਹਾਣੀ ਲਿਖਣ ਨੂੰ ਤਿਆਰ ਬੈਠੇ ਆ, ਬਸ ਇੰਤਜ਼ਾਰ ਕਰਦੇ ਆ ਵੀ ਕਿੱਦਾਂ ਲਿਖਣੀ ਹੈ। ਤਰੀਕ ਹੈਗੀ ਹੈ 5 ਅਕਤੂਬਰ, ਇਹ ਵੀ ਦੱਸ ਦੇਣਾ ਤੁਹਾਨੂੰ। ਆ ਨਾਲ ਤੁਹਾਡੇ ਮੂਣਕ ਹੈ, ਇੱਧਰੋਂ ਜਾਖਲ ਹੈ, ਆਪਣਾ ਬੁਢਲਾਡਾ ਹੈ। ਵੀਰੋ, ਤੁਸੀਂ ਇੱਧਰ ਵੀ ਆਉਂਦੇ ਰਹੇ ਹੋਵੋਗੇ ਰੈਲੀਆਂ 'ਚ, ਆਪਣਾ ਫਸਲਾਂ ਇੱਕੋ ਨੇ, ਨਸਲਾਂ ਇੱਕੋ ਨੇ, ਇੱਕੋ ਪੱਤਣ ਦਾ ਪਾਣੀ ਪੀਂਦੇ ਹਾਂ, ਸਮੱਸਿਆਵਾਂ ਵੀ ਇੱਕੋ ਨੇ। ਤੁਸੀਂ ਮੈਨੂੰ ਸਮੱਸਿਆਵਾਂ ਦੱਸੀਆਂ, ਮੈਨੂੰ ਪਤਾ ਲੱਗ ਗਿਆ, ਕਿਉਂਕਿ ਇਹ ਸਮੱਸਿਆਵਾਂ ਦੀ ਜੜ ਹੈਗਾ ਸਿਸਟਮ। ਹਰਿਆਣੇ ਨੂੰ ਜੇ ਦੇਖੀਏ ਨਕਸ਼ੇ 'ਚ, ਤਾਂ ਇੱਧਰਲੇ ਪਾਸੇ ਦਿੱਲੀ ਹੈ, ਇੱਧਰਲੇ ਪਾਸੇ ਪੰਜਾਬ ਹੈ। ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਹੈ, ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਹੈ। ਇੱਥੇ ਦੋਨੇ ਤਾਂ ਠੀਕ ਹੋ ਗਿਆ ਕੰਮ, 44,000 ਤੋਂ ਵੱਧ 2 ਸਾਲਾਂ 'ਚ, 44,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਖੜਾ, 44,000। ਸ਼ਾਇਦ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਵੀ ਮਿਲੀ ਹੋਣੀ ਨੌਕਰੀ। ਹਾਂ, ਬਹੁਤ ਸਾਰੇ ਹੱਥ ਖੜੇ ਕੀਤੇ, ਕੋਈ 1 ਰੁਪਈਆ ਲੱਗਿਆ ਕਿਸੇ ਦਾ, ਕਿਸੇ ਕੋਈ ਸਿਫਾਰਿਸ਼ ਪਾਉਣੀ ਪਈ ਕਿਸੇ ਦੀ। ਅਤੇ ਹਰਿਆਣੇ 'ਚ ਬੇਰੁਜ਼ਗਾਰੀ ਇੰਨੀ ਹੈ ਕਿ ਖੱਟਰ ਕੋਲੇ ਜਦੋਂ ਗਏ, ਬੇਰੁਜ਼ਗਾਰ ਮੁੰਡੇ ਕੁੜੀਆਂ, ਉਹ ਕਹਿੰਦੇ ਰੂਸ ਦੀ ਫੌਜ 'ਚ ਜਾ ਕੇ ਭਰਤੀ ਹੋ ਜਾਓ,
ਰਸ਼ੀਆ ਦੀ ਫੌਜ 'ਚ ਭਰਤੀ ਹੋ ਜਾਓ, ਜਾ ਕੇ ਇੱਥੇ ਨੌਕਰੀਆਂ ਨਹੀਂ ਹੈਗੀਆਂ। ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਯਾਰ, ਆਹ ਗੱਲਾਂ ਕਰਦੇ ਹਨ। ਉਹ 78 ਸਾਲ ਹੋ ਗਏ ਲੋਕੋ, 78 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ। ਅਮਰੀਕਾ ਵਾਲੇ ਮੰਗਲ ਗ੍ਰਹਿ 'ਤੇ ਪਲਾਟ ਕੱਟਣ ਨੂੰ ਫਿਰਦੇ ਆ, ਸਾਥੋਂ ਜਾਖਲ ਦੇ ਸੀਵਰੇਜ ਦੇ ਢੱਕਣ ਪੂਰੇ ਨਹੀਂ ਹੋਏ ਹਜੇ ਤੱਕ। ਆ ਸਾਰਾ ਪੱਟਿਆ ਪਿਆ, ਆ ਦੇਖ ਕੇ ਆਇਆ ਮੈਂ ਵੀਰੋ। ਇੰਗਲੈਂਡ ਨੇ, ਫਰਾਂਸ ਤੱਕ, ਦੋਨਾਂ ਮੁਲਕਾਂ ਨੇ ਥੱਲੋਂ ਦੀ, ਸਮੁੰਦਰ ਦੇ ਥੱਲੋਂ ਦੀ ਇੱਕ ਸੁਰੰਗ ਬਣਾਈ, ਸੁਰੰਗ ਬਣਾਈ। ਅੱਧੀ ਇੰਗਲੈਂਡ ਨੇ ਬਣਾਈ ਆਪਦੀ ਹੱਦ ਤੱਕ, ਅੱਧੀ ਫਰਾਂਸ ਨੇ ਬਣਾਈ। ਥੱਲੋਂ ਦੀ ਐਂ ਉਹ ਬਣਾਉਂਦੇ ਆਏ, ਇੱਧਰੋਂ ਉਹ ਬਣਾਉਂਦੇ ਆਏ, ਅਤੇ ਐਂ ਮੈਚ ਕਰਤੀ। 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ। ਹੁਣ ਲੰਡਨ ਤੋਂ ਪੈਰਿਸ ਤੱਕ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ। ਅਤੇ ਵੀਰੋ, ਲੰਡਨ ਤੋਂ ਪੈਰਿਸ ਤੱਕ ਇੰਗਲੈਂਡ ਵਾਲੇ ਨੇ, ਫਰਾਂਸ ਤੱਕ ਦੋਨਾਂ ਮੁਲਕਾਂ ਨੇ ਇੱਕ ਟਿਊਬ, ਵੱਡੀ ਸਾਰੀ ਟਿਊਬ ਜਿਹੜੀ ਹੈ ਉਹਦੇ ਵਿੱਚ ਰੇਲ ਚੱਲਦੀ ਹੈ, ਉਹ ਬਣਾ ਲਈ। ਜਦੋਂ ਦੋਨੇ ਮੇਲੇ, 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ, ਐਂ ਮੈਚ ਕਰਦੇ ਆ। ਇੱਥੇ ਆ ਜਾਖਲ ਹਰੇਕ 3 ਮਹੀਨੇ ਪੱਟ ਲੈਂਦੇ ਆ, ਟੁਹਾਣੇ ਨੂੰ ਪੱਟ ਲੈਂਦੇ ਆ, ਕਹਿੰਦੇ ਤੁਸੀਂ ਇੱਧਰੋਂ ਬਣਾਉਂਦੇ ਆਵਾਂਗੇ ਆਪਾਂ ਸੀਵਰੇਜ, ਇੱਧਰੋਂ ਤੁਸੀਂ ਬਣਾਉਂਦੇ ਆਓ, ਐਂ ਮੈਚ ਕਰ ਦਾਂਗੇ। ਬਾਅਦ 'ਚ 6 ਮਹੀਨੇ ਬਾਅਦ ਪਤਾ ਲੱਗਦਾ ਉਹ ਕਿਸੇ ਹੋਰ ਮਹੱਲੇ 'ਚ ਫਿਰਦੇ ਆ, ਇਹ ਕਿਤੇ ਹੋਰ ਮਹੱਲੇ 'ਚ ਫਿਰਦੇ ਆ। ਫਿਰ ਵਿੱਚ ਦੀ ਐਂ ਮੋੜ ਪਾਉਂਦੇ ਨੇ ਵੱਡਾ, ਵੀ ਚੱਲ ਗਲਤੀ ਹੋ ਗਈ, ਮੋੜ ਪਾ ਦਿੰਦੇ ਹਾਂ। ਫਿਰ ਮੋੜ ਪਾ ਦਿੰਦੇ ਨੇ ਆਪਾਂ ਜਿਵੇਂ ਮੈਂ ਪਾਈਪਾਂ 'ਚ ਪਾਉਂਦੇ ਹਾਂ। ਫਿਰ ਉੱਥੇ ਕੂੜਾ ਸਟੱਕ ਹੋ ਜਾਂਦਾ, ਪਾਣੀ ਖੜ ਜਾਂਦਾ, ਫਿਰ ਪੱਟ ਲੈਂਦੇ ਆ 6 ਮਹੀਨਿਆਂ ਬਾਅਦ, ਆਈ ਚਲੀ ਜਾਂਦਾ ਆਪਣੇ ਕੋਲ ਤਾਂ। ਸੋ ਵੀਰੋ, ਇਹ ਮੋਦੀ ਸਾਹਿਬ ਕਹਿੰਦੇ ਆ ਜਿੱਥੇ ਜਾਂਦੇ ਉੱਥੇ ਕਹਿੰਦੇ ਆ ਡਬਲ ਇੰਜਨ ਕੀ ਸਰਕਾਰ ਚਾਹੀਏ। ਹਰਿਆਣੇ 'ਚ ਵੀ ਬਣਾਤੀ ਸੀ ਪਿਛਲੇ 10 ਸਾਲ ਤੋਂ ਡਬਲ ਇੰਜਨ। ਆ 2-1.5 ਕੁ ਮਹੀਨਾ ਪਹਿਲਾਂ 1 ਇੰਜਨ ਖਰਾਬ ਹੋ ਗਿਆ, ਖੱਟਰ, ਉਹਦੀ ਥਾਂ 'ਤੇ ਨਵਾਂ ਹੋਰ ਇੰਜਨ ਲਾਤਾ ਇੱਕ, ਉਹ ਵੀ ਕੋਲੇ ਵਾਲਾ ਹੀ ਹੈ। ਦੋਸਤੋ, ਦੇਸ਼ ਨੂੰ ਡਬਲ ਇੰਜਨ ਦੀ ਲੋੜ ਨਹੀਂ, ਦੇਸ਼ ਨੂੰ ਨਵੇਂ ਇੰਜਨ ਦੀ ਲੋੜ ਹੈ, ਨਵੇਂ ਇੰਜਨ ਦੀ। ਹੁਣ ਤਾਂ ਕੋਲੇ ਵਾਲੇ ਅਤੇ ਡੀਜ਼ਲ ਵਾਲੇ ਵੀ ਬੰਦ ਹੋ ਗਏ ਇੰਜਨ। ਤੁਹਾਡੇ ਤਾਂ ਜੰਕਸ਼ਨ ਪੈਂਦਾ, ਤੁਹਾਨੂੰ ਤਾਂ ਵੱਧ ਪਤਾ ਹੋਊ। ਇੱਧਰੋਂ ਬੁਲਾਡੇ ਕਨੀਓ ਆਉਂਦੀਆਂ ਨੇ, ਇੱਧਰੋਂ ਲੁਧਿਆਣੇ ਵੱਲੋਂ ਆਉਂਦੀ ਹੈ, ਸੁਨਾਮ ਵਾਲੇ ਪਾਸਿਓਂ। ਸੋ ਵੀਰੋ, ਇਹਨਾਂ ਦੀਆਂ ਗੱਲਾਂ 'ਚ ਨਾ ਆਇਓ। ਮਹੀਨਾ ਰਹਿ ਗਿਆ ਇੱਕ, ਬਸ ਮਹੀਨੇ ਤੋਂ ਵੀ ਘੱਟ ਰਹਿ ਗਿਆ ਹੁਣ ਤਾਂ। ਜੋ ਇਹਨਾਂ ਨੇ ਲੜਨਾ ਲੜੀ ਜਾਣ, ਤੁਸੀਂ ਆਪਦਾ ਮਨ ਫੈਸਲਾ ਕਰਕੇ ਬਹਿ ਜਾਓ। ਜੋ ਪੰਜਾਬ ਅਤੇ ਦਿੱਲੀ ਵਾਲਿਆਂ ਨੇ ਕੀਤਾ, ਜੇ ਦਿੱਲੀ ਦੇ ਵਿੱਚ ਸ਼ਾਨਦਾਰ ਸਰਕਾਰੀ ਸਕੂਲ ਬਣ ਸਕਦੇ ਨੇ, ਜੇ ਪੰਜਾਬ ਦੇ ਵਿੱਚ ਸ਼ਾਨਦਾਰ ਸਰਕਾਰੀ ਸਕੂਲ ਬਣ ਸਕਦੇ ਨੇ, ਤਾਂ ਹਰਿਆਣੇ 'ਚ ਕਿਉਂ ਨਹੀਂ, ਹਰਿਆਣੇ ਦੇ ਬੱਚਿਆਂ ਨੂੰ ਕਿਉਂ ਨਹੀਂ ਉਹ ਸਹੂਲਤ ਮਿਲ ਸਕਦੀ। ਜੇ ਦਿੱਲੀ ਦੇ ਵਿੱਚ ਬਿਜਲੀ ਫ੍ਰੀ ਮਿਲ ਸਕਦੀ ਹੈ, ਜੇ ਪੰਜਾਬ ਦੇ ਵਿੱਚ 90% ਘਰਾਂ ਨੂੰ 600 ਯੂਨਿਟ ਫ੍ਰੀ ਮਿਲ ਸਕਦੀ ਹੈ, 0%
ਜੀਰੋ ਬਿੱਲ ਆਉਂਦਾ ਜੀ 90% ਘਰਾਂ ਨੂੰ, ਇੱਥੋਂ ਪੰਜਾਬ ਤੋਂ ਬਹੁਤ ਸਾਰੇ ਆਏ ਹੋਣਗੇ ਲੋਕ ਜਿਨ੍ਹਾਂ ਦੇ ਬਿੱਲ ਆਏ, ਦੱਸ ਦਿਓ ਬਿੱਲ ਆਉਂਦਾ। 1 ਜੁਲਾਈ ਤੋਂ ਕੀਤਾ, 1 ਜੁਲਾਈ ਤੋਂ 2 ਸਾਲ ਤੋਂ ਵੱਧ ਹੋ ਗਏ ਵੀਰੋ। ਫਿਰ ਹਰਿਆਣੇ 'ਚ ਕਿਉਂ ਨਹੀਂ ਹੋ ਸਕਦਾ ਇਹ? ਹਰਿਆਣੇ 'ਤੇ ਮੈਂ ਵਪਾਰੀਆਂ ਕੋਲ ਗਿਆ ਸੋਨੀਪਤ, ਉਹ ਕਹਿੰਦੇ ਜੀ 10 ਰੁਪਈਏ ਬਿਜਲੀ ਦਿਨ ਲੈਂਦੇ ਹਾਂ ਅਸੀਂ ਇੰਡਸਟਰੀ ਵਾਸਤੇ। ਮੈਂ ਕਿਹਾ ਹੈਰਾਨ ਹਾਂ ਯਾਰ, ਅਸੀਂ 5.5 ਰੁਪਈਏ ਅਸੀਂ ਉਹ ਤੋਂ ਵੀ ਘਟਾਉਣ ਨੂੰ ਫਿਰਦੇ ਹਾਂ। ਕਹਿੰਦੇ ਕੀ ਕਰੀਏ ਜੀ, ਸੋਨੀਪਤ ਦੇ ਲੋਕ ਕਹਿੰਦੇ, ਪਾਣੀਪਤ ਦੇ ਲੋਕ ਕਹਿੰਦੇ, ਕਹਿੰਦੇ ਜੀ ਆਪਦੀਆਂ ਗੱਡੀਆਂ ਲਗਾਉਣ ਵਾਸਤੇ 2-3 ਵਾਰੀਆਂ ਆਪ ਹੀ ਟੋਲ ਟੈਕਸ ਦੇਣਾ ਪੈਂਦਾ, ਇੱਧਰ ਨੂੰ ਜਾਂਦੇ ਹਾਂ ਤਾਂ ਟੋਲ ਟੈਕਸ ਹੈ, ਇੱਧਰ ਨੂੰ ਜਾਂਦੇ ਹਾਂ ਤਾਂ ਟੋਲ ਟੈਕਸ ਹੈ। ਮੈਂ ਕਿਹਾ ਵੀਰੋ ਸ਼ਰਤ ਲਾ ਲਓ ਉਹਨਾਂ ਟੋਲ ਟੈਕਸ ਵਾਲਿਆਂ ਦੇ, ਐਗਰੀਮੈਂਟ ਚੈੱਕ ਕਰ ਲਓ ਉਹ ਕਦੋਂ ਦੇ ਐਕਸਪਾਇਰ ਹੋ ਗਏ ਹੋਣੇ, ਐਵੇਂ ਵਧਾਈ ਜਾਂਦੇ ਆ ਪੈਸੇ ਲੈ ਕੇ। ਮੇਰੇ ਕੋਲ ਵੀ ਆਏ ਸੀ ਪੰਜਾਬ ਵਾਲੇ ਕਿ ਸਾਨੂੰ 311 ਦਿਨ ਵਧਾ ਦਿਉ, ਕੋਈ ਕਹਿੰਦਾ 425 ਦਿਨ ਵਧਾ ਦਿਉ। ਮੈਂ ਕਿਹਾ ਆਪਣਾ ਬੋਰੀ ਬਿਸਤਰਾ ਚੱਕੋ, ਬਹੁਤ ਚਿਰ ਪਹਿਲਾਂ ਵੱਧ ਲਾ ਲਿਆ। 16 ਟੋਲ ਪਲਾਜ਼ੇ ਪੰਜਾਬ 'ਚ ਬੰਦ ਕੀਤੇ ਨੇ, 16 ਟੋਲ ਪਲਾਜ਼ੇ ਬੰਦ ਕੀਤੇ ਨੇ। ਇੱਕ ਦਿਨ ਦਾ ਪੰਜਾਬੀਆਂ ਦਾ 61 ਲੱਖ ਰੁਪਈਆ ਬਚਦਾ, 61 ਲੱਖ ਰੁਪਈਆ ਇਕੱਲੇ ਟੋਲ ਟੈਕਸਾਂ ਦਾ ਬਚਦਾ ਜੀ। ਜੇ ਨੀਅਤ ਸਾਫ਼ ਹੋਵੇ ਸਭ ਕੁਛ ਹੋ ਸਕਦਾ, ਨੀਅਤ ਨਹੀਂ ਸਾਫ਼ ਹੈਗੀ। ਤੁਸੀਂ ਬਹੁਤ ਸਾਰੇ ਇਨੈਲੋ ਕਨੈਲੋ ਬਨੈਲੋ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ, ਇੱਧਰੋਂ ਸਾਡੇ ਵਾਲੇ ਨੇ ਕਾਲੀ ਫਲਾਨੇ ਧਿਮਕੇ ਸਾਰਿਆਂ ਨੂੰ ਅਸੀਂ ਮੌਕਾ ਦੇ ਕੇ ਦੇਖ ਲਿਆ, ਕੁਛ ਨਹੀਂ ਬਣਿਆ ਇਹਨਾਂ, ਕਿਉਂਕਿ ਇਹਨਾਂ ਦੀ ਨੀਅਤ ਕਿੱਥੇ ਤੱਕ ਹੈ ਇਹ ਜਨਤਾ ਬਾਰੇ ਤਾਂ ਸੋਚਦੇ ਹੀ ਨਹੀਂ। ਆਪਦੇ ਪੁੱਤ, ਆਪਣੇ ਭਤੀਜੇ, ਆਪਣੇ ਸਾਲੇ, ਆਪਣੇ ਜੀਜੇ, ਬਸ ਇਦੋਂ ਅੱਗੇ ਨਹੀਂ ਜਾਂਦੇ, ਇਦੋਂ ਅੱਗੇ ਜਾਂਦੇ ਹੀ ਨਹੀਂ। ਸਾਰਾ ਕੁਛ ਆਪਣਿਆਂ ਨੂੰ। ਸੋ ਆਮ ਆਦਮੀ ਪਾਰਟੀ ਆ, ਅਰਵਿੰਦ ਕੇਜਰੀਵਾਲ ਹਰਿਆਣੇ ਦਾ ਪੁੱਤ ਹੈ, ਹਰਿਆਣੇ ਦੀ ਮਿੱਟੀ ਦਾ ਲਾਲ ਹੈ, ਹਿਸਾਰ ਦੇ ਨੇੜੇ ਸ਼ਿਵਾਨੀ ਪਿੰਡ ਹੈ, ਛੋਟੇ ਜਿਹੇ ਪਿੰਡ 'ਚ ਜੰਮਿਆ, IRS ਅਫਸਰ ਬਣ ਗਿਆ, ਇਨਕਮ ਟੈਕਸ ਦਾ ਕਮਿਸ਼ਨਰ ਬਣ ਗਿਆ, ਪਰ ਅਫਸਰੀ ਛੱਡਤੀ। ਕਹਿੰਦਾ ਕਮਿਸ਼ਨਰ ਬਣ ਕੇ ਨੌਕਰੀ ਕਰਕੇ ਗੱਲ ਨਹੀਂ ਬਣਨੀ, ਜਿੰਨਾ ਚਿਰ ਦੇਸ਼ ਨੂੰ ਇਹ ਸਿਉਂਕ ਵਾਂਗੂ ਲੱਗੇ ਹੋਏ ਜਿਹੜੇ ਆ ਜਿਹੜੇ ਰਾਜਨੀਤੀ ਵਾਲੇ ਭ੍ਰਿਸ਼ਟਾਚਾਰੀ ਲੀਡਰ ਨੇ, ਜਿੰਨਾ ਚਿਰ ਇਹਨਾਂ ਨੂੰ ਨਹੀਂ ਬਦਲਦੇ ਦੇਸ਼ ਬਦਲ ਨਹੀਂ ਸਕਦਾ। ਅਫਸਰੀ ਨੂੰ ਲੱਤ ਮਾਰ ਕੇ ਅਤੇ ਰਾਜਨੀਤੀ 'ਚ ਆ ਗਿਆ, ਦਿੱਲੀ ਦਾ ਮੁੱਖ ਮੰਤਰੀ ਬਣਿਆ 2 ਵਾਰ, ਅੱਜ ਝੂਠੇ ਕੇਸ 'ਚ ਅੰਦਰ ਕਰ ਰੱਖਿਆ, ਕੋਈ ਗੱਲ ਨਹੀਂ, ਕਿੰਨਾ ਚਿਰ ਰੱਖ ਲੈਣਗੇ, ਕੱਲ੍ਹ ਨੂੰ ਪਰਸੋਂ ਨੂੰ ਬਾਹਰ ਆ ਜਾਣਾ। ਮਨੀਸ਼ ਸਿਸੋਦੀਆ ਆ ਗਿਆ, ਸੰਜੇ ਸਿੰਘ ਆ ਗਿਆ, ਸਾਡੇ ਲੀਡਰ ਹਰ, ਕਿਉਂਕਿ ਕੋਈ ਹੈ ਹੀ ਨਹੀਂ, ਸਬੂਤ ਹੀ ਹੈ ਨਹੀਂ ਇਹਨਾਂ ਕੋਲ ਕੋਈ, ਬਸ ਅੰਦਰ ਰੱਖਣੇ ਨੇ, ਵੋਟਾਂ ਵੇਲੇ ਪ੍ਰਚਾਰ ਨਾ ਕਰ ਲੈਣ, ਆਹ ਨਾ ਕਰ ਲੈਣ, ਉਹ ਨਾ ਕਰਨ, ਆਹ ਕਰਨ। ਨਾਲੇ ਮੈਂ ਕਿਹਾ ਕੇਜਰੀਵਾਲ ਤਾਂ ਚਲੋ ਅੰਦਰ ਕਰਤਾ, ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ, ਕੇਜਰੀਵਾਲ ਇੱਕ ਸੋਚ ਦਾ ਨਾਮ ਹੈ, ਬੰਦੇ ਨੂੰ ਤਾਂ ਫੜ ਕੇ ਅੰਦਰ ਕਰ ਦੋਗੇ ਪਰ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ? ਆਹ ਜਿੰਨੇ ਕੇਜਰੀਵਾਲ ਦੀ ਸੋਚ ਵਾਲੇ ਬੈਠੇ ਹੋ ਤੁਸੀਂ, ਤੁਹਾਨੂੰ ਕਿੱਥੇ ਕਿਹੜੀਆਂ ਜੇਲ੍ਹਾਂ 'ਚ ਇਹ ਫੜਨਗੇ, ਕਿਹੜੀਆਂ ਗ੍ਰਿਫਤਾਰੀਆਂ ਪਾਉਣਗੇ ਤੁਹਾਡੇ 'ਤੇ? ਬਸ ਡਰਦੇ ਨੇ ਇਸ ਗੱਲੋਂ, ਕਿਉਂਕਿ ਭਾਜਪਾ ਦਾ ਸੂਪੜਾ ਸਾਫ ਹੋਣ ਲੱਗਿਆ ਹੁਣ ਇੱਥੋਂ ਹਰਿਆਣੇ 'ਚੋਂ, ਡਰੀ ਜਾਂਦੇ ਆ ਹੁਣ, ਕਦੇ ਕਹਿੰਦੇ 2 ਤਰੀਕ ਵਧਾ ਕੇ ਦੇਖ ਲਈਏ, 3-4 ਦਿਨ ਵਧਾ ਕੇ ਦੇਖ ਲਈਏ। ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਵੀਰੋ, ਕੁੜੀ ਦਾ ਸੁਭਾਅ ਜਿਹਾ ਜਿਹਾ ਹੁੰਦਾ, ਨੰਦਾਂ ਵਾਲੀ ਸਿੱਖਿਆ ਨਾਲ ਬਦਲਦਾ ਨਹੀਂ ਹੈਗਾ, ਚਾਹੇ 1 ਤਰੀਕ ਨੂੰ ਪਵਾ ਲਓ, ਚਾਹੇ 5 ਤਰੀਕ ਨੂੰ ਪਵਾ ਲਓ, ਹਾਰਨਾ ਹੀ ਹਾਰਨਾ, ਬੀਜੇਪੀ ਦਾ ਸੂਪੜਾ ਸਾਫ ਹੋਣੇ ਹੋਣਾ। ਇੱਥੇ ਲੁੱਟ ਮਚਾਈ ਆ,
ਕੋਈ ਸੜਕ ਨਹੀਂ ਬਣੀ ਹੋਈ, ਕੋਈ ਸੀਵਰੇਜ ਨਹੀਂ, ਕੋਈ ਨੌਕਰੀ ਨਹੀਂ, ਕੋਈ ਸਕੂਲ ਨਹੀਂ। ਸਕੂਲਾਂ ਨੂੰ ਬੰਦ ਕਰੀ ਜਾਂਦੇ ਆ, ਸਰਕਾਰੀ ਸਕੂਲਾਂ ਨੂੰ ਹਜ਼ਾਰਾਂ ਸਕੂਲ ਬੰਦ ਕਰਤੇ ਅਤੇ ਅਸੀਂ ਖੋਲ੍ਹ ਰਹੇ ਹਾਂ ਜੀ, ਅਸੀਂ ਵੱਡੇ ਬਣਾ ਰਹੇ ਹਾਂ ਪੰਜਾਬ 'ਚ। ਨੀਅਤ ਉੱਥੇ ਆਊ ਗੱਲ। ਸੋ ਇਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਵੀ ਇਹ ਕੋਈ ਤੁਹਾਡੇ ਲਈ ਕਰ ਦੇਣਗੇ ਜਾਂ ਤੁਹਾਡੇ ਵਾਸਤੇ ਕੋਈ ਸੋਚ ਲੈਣਗੇ, ਕਿਉਂਕਿ ਹੁਣ ਲੋਲੀਪੋਪ ਜ਼ਰੂਰ ਦੇਣਗੇ। ਮੈਨੂੰ ਤਾਂ ਲੱਗਦਾ ਮੋਦੀ ਨੇ ਤਾਂ ਰਿਟਾਇਰਮੈਂਟ ਵਾਲੇ ਦਿਨ ਜੇ ਦੇਖ ਗਏ, ਉਹਨੂੰ ਤਾਂ ਨਜ਼ਰ ਆ ਗਿਆ ਕੰਮ। ਉਹ ਤਾਂ ਹੁਣ ਬਾਹਰਲੇ ਮੁਲਕਾਂ ਨੂੰ ਭੱਜਿਆ ਫਿਰਦਾ, ਕਹਿੰਦਾ ਚੱਲ ਹੁਣ ਜਿੰਨੇ ਕੁ ਦਿਨ ਰਹਿੰਦੇ ਨੇ ਚੱਲ ਘੁੰਮ ਤਾਂ ਲਈਏ ਦੁਨੀਆ, ਕਦੇ ਸਿੰਗਾਪੁਰ, ਕਦੇ ਕਿਤੇ, ਕਦੇ ਕਿਤੇ। ਇੱਥੇ ਦੇਸ਼ ਨਹੀਂ ਸੰਭਾਲਿਆ ਜਾ ਰਿਹਾ, ਉੱਧਰ ਫਿਰਦੇ ਆ ਉਹਨਾਂ ਦੀ, ਕਦੇ ਉਹਨਾਂ ਦੀ ਪਾਰਲੀਮੈਂਟ 'ਚ ਬੋਲੀ ਜਾਂਦੇ ਹੁੰਦੇ ਆ ਵੀਰ, ਐਂ ਨਹੀਂ ਚੱਲਣਾ ਕੰਮ। ਜੇ ਚੰਗੇ ਹੁੰਦੇ, ਜੇ ਕਿਸੇ ਚੱਜ ਹਾਲ ਦੇ ਹੁੰਦੇ, ਸਾਨੂੰ ਕੀ ਲੋੜ ਸੀ ਬਈ ਰਾਜਨੀਤੀ 'ਚ ਆਉਣ ਦੀ। ਮੈਂ ਤਾਂ ਚੰਗਾ ਭਲਾ ਬਹੁਤ ਮਸ਼ਹੂਰ ਕਲਾਕਾਰ ਸੀ, ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ। ਕੇਜਰੀਵਾਲ ਅਫਸਰ ਸੀ, ਮਨੀਸ਼ ਸਿਸੋਦੀਆ ਪੱਤਰਕਾਰ ਸੀ ਬਹੁਤ ਵੱਡਾ, ਕੋਈ ਡਾਕਟਰ ਸੀ, ਕੋਈ ਵਕੀਲ ਸੀ। ਸਾਨੂੰ ਆਉਣ ਦੀ ਕੀ ਲੋੜ ਸੀ ਇੱਧਰ ਜੇ ਚੱਜ ਹਾਲ ਦੇ ਹੁੰਦੇ, ਸਾਨੂੰ ਮੱਥਾ ਮਾਰਨ ਦੀ ਕੀ ਲੋੜ ਸੀ ਇਹਨਾਂ ਨਾਲ ਜੇ ਚੱਜ ਹਾਲ ਦੇ ਹੁੰਦੇ। ਪਰ ਇਹ ਸਮਝਦੇ ਕੱਖ ਨਹੀਂ ਸੀ ਕਿਸੇ ਨੂੰ। ਆਹੀ ਸੁਖਬੀਰ ਬਾਦਲ ਹੈ ਜਿਹੜਾ ਕਹਿੰਦਾ ਸੀ ਰਾਜ ਕਰਾਂਗੇ 25 ਸਾਲ, ਹੁਣ 25 ਬੰਦੇ ਨਹੀਂ ਮਿਲਦੇ ਉਹਨੂੰ ਵੀ ਗੱਡੀ 'ਚ ਬਹਿ ਜਾਣ, 25 ਵੀ ਪਿੱਛੇ ਗੱਡੀਆਂ ਲਾ ਲਓ ਯਾਰ, 25 ਕਹਿ ਗਏ ਨਾ, 25 ਹੈ ਨਹੀਂ। ਇਹ ਪਬਲਿਕ ਹੈ ਬਈ, ਲੋਕ ਨੇ ਤੁਸੀਂ ਗੁਰੂ ਨਾਲ ਧੋਖਾ ਕੀਤਾ, ਲੋਕਾਂ ਨੇ ਤੁਹਾਨੂੰ ਸਜ਼ਾ ਦਿੱਤੀ। ਤੁਸੀਂ ਕੀ ਸਮਝਣ ਲੱਗ ਗਏ, ਰੱਬ ਸਮਝ ਗਿਆ ਆਪਣੇ ਆਪ ਨੂੰ ਕਿ ਲੋਕਾਂ ਨੂੰ ਭੇਟਾ ਬੱਕਰੀਆਂ ਸਮਝ ਲਿਆ ਕਿ ਜਿੱਧਰ ਨੂੰ ਮਰਜ਼ੀ ਹੱਕ ਲਓ, 5 ਸਾਲਾਂ ਬਾਅਦ ਇੱਧਰ ਨੂੰ ਹੱਕ ਲਓ, ਇੱਧਰ ਨੂੰ ਹੱਕ ਲਓ। ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਕਰਤਾ ਕੰਮ, ਮੈਨੂੰ ਹੀ ਗਾਲਾਂ ਕੱਢੀ ਜਾਂਦੇ, ਮੈਂ ਥੋੜ੍ਹੀ ਕੀਤਾ ਕੰਮ, ਮੇਰਾ ਤਾਂ ਨਾਂ ਲੱਗਦਾ। ਇਹ ਹਰ ਗੱਲ ਜਿਹੜੀ ਚੀਜ਼ ਮਸ਼ਹੂਰ ਹੁੰਦੀ ਹੈ ਉਧਰਲੇ ਪਾਸੇ ਨੂੰ ਹੋ ਜਾਂਦੇ ਨੇ। ਹੁਣ ਕਿਸਾਨਾਂ ਦਾ ਅੰਦੋਲਨ ਹੋਇਆ ਦਿੱਲੀ, ਤੁਸੀਂ ਵੀ ਬਹੁਤ ਸਾਰੇ ਗਏ ਹੋਵੋਗੇ, ਹਰੇਕ ਗਿਆ ਉਹ 'ਚ। ਤਾਂ ਸੁਖਬੀਰ ਬਾਦਲ ਕਹਿੰਦਾ ਮੈਂ ਵੀ ਕਿਸਾਨ ਹਾਂ। ਮੈਂ ਕਿਹਾ ਤੂੰ ਕਿਹੜੇ ਪਾਸਿਓਂ ਕਿਸਾਨ ਹੈ ਯਾਰ, ਹੁਣ ਕਿਸਾਨਾਂ ਦੀ ਚੜ੍ਹਾਈ ਹੋ ਗਈ ਸੀ। ਤਾਂ ਕਹਿੰਦਾ ਮੈਂ ਵੀ ਕਿਸਾਨ ਹਾਂ, ਇਸ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੈਂ ਸਮਝਦਾ, ਮੈਂ ਕਿਸਾਨ ਹਾਂ। ਮੈਂ ਕਿਹਾ ਤੂੰ ਕਿਹੜੇ ਪਾਸਿਓਂ ਕਿਸਾਨ ਹੈ, ਉਹ ਗੱਲ ਹੋ ਗਈ। ਡਾਕੂਆਂ ਨੇ ਇੱਕ ਬੱਸ ਘੇਰ ਲਈ, ਬੱਸ ਘੇਰ ਲਈ, ਸਾਰੀ ਬੱਸ ਲੁੱਟ ਕੇ ਸਵਾਰੀਆਂ ਥੱਲੇ ਲਾਈਨ 'ਚ ਖੜਾ ਲਈਆਂ। ਡਾਕੂਆਂ ਦਾ ਸਰਦਾਰ ਕਹਿੰਦਾ ਇਕੱਲੇ ਇਕੱਲੇ ਦਾ ਨਾਂ ਪੁੱਛ ਕੇ ਗੋਲੀ ਮਾਰੀ ਜਾਓ। ਪਹਿਲੇ ਨੂੰ ਪੁੱਛਿਆ ਕੀ ਨਾਮ ਹੈ, ਉਹ ਕਹਿੰਦਾ ਰਕੇਸ਼ ਕੁਮਾਰ, ਥੜਾਕ ਗੋਲੀ ਮਾਰਤੀ। ਦੂਜੇ ਨੂੰ ਪੁੱਛਿਆ ਤੇਰਾ ਕੀ ਨਾਮ ਹੈ, ਉਹ ਕਹਿੰਦਾ ਪ੍ਰਦੀਪ ਸਿੰਘ, ਥੜਾਕ ਗੋਲੀ ਮਾਰਤੀ। ਤੀਜੀ ਕੋਈ ਮਾਂ ਖੜੀ ਸੀ, ਮਾਈ ਖੜੀ ਸੀ, ਹਾਂ ਮਾਤਾ ਕੀ ਨਾਮ ਹੈ, ਉਹ ਕਹਿੰਦੀ ਪੁੱਤ ਪੁਸ਼ਪਾ ਦੇਵੀ। ਡਾਕੂਆਂ ਸਰਦਾਰ ਕਹਿੰਦਾ ਉਹ ਨਹੀਂ ਰੁਕੋ, ਗੋਲੀ ਨਹੀਂ ਮਾਰਨੀ, ਮੇਰੀ ਨਾਂ ਦਾ, ਮੇਰੀ ਮਾਂ ਦਾ ਨਾਂ ਵੀ ਪੁਸ਼ਪਾ ਸੀ, ਬੜਾ ਪਿਆਰ ਕਰਦੀ ਸੀ ਮੈਨੂੰ, ਅੱਜ ਨਾਮ ਸੁਣ ਕੇ ਮੇਰੇ ਮਮਤਾ ਜਾਗ ਪਈ।
ਛੱਡ ਦਿਓ। ਉਦੋਂ ਅੱਗੇ ਸੁਖਬੀਰ ਬਾਦਲ ਵਰਗਾ ਖੜਾ ਸੀ, ਉਹਨੂੰ ਕਹਿੰਦਾ ਕੀ ਨਾਮ ਹੈ? ਕਹਿੰਦਾ ਜੀ ਊਂ ਤਾਂ ਨਾਂ ਗੁਰਦੇਵ ਸਿੰਘ ਆ, ਪਿੰਡ 'ਚ ਮੈਨੂੰ ਪੁਸ਼ਪਾ ਪੁਸ਼ਪਾ ਹੀ ਕਹਿੰਦੇ ਆ। ਉਹ ਡਾਕੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ, ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਹੈ। ਉਹ ਗੱਲ ਇਹਨਾਂ ਦੀ ਹੁਣ ਵੀ ਮੈਨੂੰ ਹੁਣ ਕਿਸਾਨ ਕਿਸਾਨ ਹੀ ਕਹਿੰਦੇ ਆ ਜੀ, ਅਸੀਂ ਹੁਣ ਕਿਸਾਨ ਕਿਸਾਨ ਹੀ ਹਾਂ। ਉਹ ਕਿਹੜੇ ਕਿਸਾਨ ਹੋ? ਉਹ ਤੁਹਾਡੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ, ਵਿੱਚ ਕੋਈ ਮੋਗਾ ਹੈ ਨਹੀਂ, ਨਹਿਰ ਹੀ ਮੁੱਕਦੀ ਹੈ ਘਰੇ ਖੇਤਾਂ 'ਚ। ਤੁਸੀਂ ਕਦੇ ਕਿਸਾਨ ਹੋ? ਤੁਸੀਂ ਕਦੇ ਗਰੀਬੀ ਦੇਖੀ ਹੋਵੇ? ਤੁਸੀਂ ਕਦੇ ਖੇਤੀ ਕੀਤੀ ਹੋਵੇ ਤਾਂ ਪਤਾ ਲੱਗੇ ਨਾ, ਕਦੇ ਚਰੀ ਦੇ ਕੜਬ ਦੇ ਟਾਂਡੇ ਕੁਤਰੇ ਹੋਣ ਹੱਥਾਂ ਨਾਲ ਮਸ਼ੀਨ 'ਤੇ ਤਾਂ ਪਤਾ ਲੱਗੇ ਨਾ, ਕਦੇ ਇੱਕ ਬਲਦ ਵਾਲਾ ਰੇੜਾ ਲੈ ਕੇ ਪੱਠੇ ਲੈ ਕੇ ਆਏ ਹੋਣ ਤਾਂ ਪਤਾ ਲੱਗੇ ਨਾ, ਕਦੇ ਸੌਣ ਦੀਆਂ ਝੜੀਆਂ 'ਚ ਡੰਗਰਾਂ ਵਾਲੇ ਬਾੜੇ 'ਚ ਸੁੱਕ ਵਿਛਾਈ ਹੋਵੇ, ਮੱਝਾਂ ਗਾਵਾਂ ਦੇ ਥੱਲੇ, ਫਿਰ ਪਤਾ ਲੱਗੇ ਨਾ। ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ, ਨਾ ਪੰਜਾਬੀ ਬੋਲਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਹੈ, ਬਸ ਪੰਜਾਬ ਦੇ ਵਾਰਸ ਬਣਨਾ। ਆਹੀ ਹਾਲ ਇੱਥੇ ਵਾਲੇ ਨੇ, ਹਰਿਆਣੇ ਵਾਲੇ ਨੇ। ਅਸੀਂ ਹਰਿਆਣੇ ਕਿੱਥੋਂ ਯਾਰ, ਤੁਸੀਂ ਆਮ ਬੰਦਿਆਂ ਦੇ ਨਾਲ ਕਿੱਥੋਂ ਤੁਸੀਂ ਆ ਗਏ? ਆਹੀ ਫਰਕ ਹੈ ਪੰਜਾਬ ਦਾ, ਹਰਿਆਣੇ ਦਾ ਅਤੇ ਦਿੱਲੀ ਦਾ। ਹੁਣ ਇਕੱਲਾ ਵਿਚਾਲੇ ਹਰਿਆਣਾ ਰਹਿ ਗਿਆ, ਇਹ ਰੰਗ ਵੀ ਹੁਣ ਭਰ ਦਿਓ ਅਤੇ ਆਪਣਾ ਦਿੱਲੀ, ਹਰਿਆਣਾ, ਪੰਜਾਬ ਇੱਕ ਬਹੁਤ ਵੱਡੀ ਟੈਰੀਟਰੀ ਜਿਹੜੀ ਨੌਰਥ ਇੰਡੀਆ ਦੀ, ਆਮ ਆਦਮੀ ਪਾਰਟੀ ਕੋਲ ਆ ਜਾਊਗੀ, ਤੁਹਾਡੇ ਕੋਲ ਆ ਜਾਊਗੀ, ਤੁਹਾਡੇ ਦੇਸ਼ ਦੇ ਵਿੱਚ ਤੁਹਾਡੀ ਚੱਲਣ ਲੱਗ ਜਾਊਗੀ ਪੂਰੇ ਦੇਸ਼ 'ਚ। ਸੋ ਵੀਰੋ, ਕੋਈ ਪੈਸੇ ਦੇ ਲਾਲਚ ਨੂੰ ਨਹੀਂ ਆਏ, ਕੋਈ ਰੇਤੇ ਵਾਲੀਆਂ ਖੱਡਾਂ 'ਚ ਨਹੀਂ ਹਿੱਸਾ ਪਾਉਣਾ, ਕੋਈ ਢਾਬਿਆਂ 'ਚ ਨਹੀਂ ਹਿੱਸਾ ਪਾਉਣਾ। ਹਿੱਸਾ ਪਾਉਣਾ ਤਾਂ ਲੋਕਾਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਪਾਉਣਾ, ਹੋਰ ਕਿਤੇ ਹਿੱਸਾ ਨਹੀਂ ਪਾਉਣਾ। ਮੇਰੇ ਵਰਗੇ ਬੰਦੇ ਨੂੰ ਕੋਈ ਕਹਿੰਦਾ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ, ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੁਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗੇ ਜਵਾਬ ਆਇਆ, ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਇਹ ਸਮਾਂ ਸਭ ਨੂੰ ਢਾ ਲੈਂਦਾ। ਕਿੰਨੇ ਧਨੀ ਹੋ ਹੋ ਤੁਰ ਪਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ, ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਪੰਜਿਆਂ ਨਾਲ ਪਹਾੜ ਕੌਣ ਰੋਕਦਾ, ਮਲਕ ਭਾਗੋ ਅਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ, ਸਾਰੀ ਦੁਨੀਆਂ ਵਿੱਚ ਉਦਾਸੀਆਂ ਕਰਕੇ ਘਰ ਘਰ ਜਾ ਕੇ ਕਿਰਤ ਕਰੋ ਦਾ, ਨਾਮ ਜਪੋ ਦਾ, ਵੰਡ ਛਕੋ ਦਾ ਹੋਕਾ ਕੌਣ ਦਿੰਦਾ? ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਸਾਨੂੰ ਸਾਡੇ ਗੁਰੂਆਂ ਨੇ, ਸ਼ਹੀਦਾਂ ਨੇ, ਸਾਡੇ ਦੇਵੀ ਦੇਵਤਿਆਂ ਨੇ ਲੋਕਾਂ ਦੇ ਹੱਕ 'ਚ ਖੜਨ ਦੀ, ਗਰੀਬਾਂ ਦੇ ਹੱਕ 'ਚ ਖੜਨ ਦੀ ਅਤੇ ਉਹਨਾਂ ਦੇ ਹੱਕ 'ਚ ਲੜਨ ਦੀ ਪ੍ਰੇਰਣਾ ਦਿੱਤੀ ਹੋਈ ਹੈ। ਅਸੀਂ ਉਸ ਮਿੱਟੀ ਦੇ ਬਣੇ ਹੋਏ ਹਾਂ। ਸੋ ਇਹਨਾਂ ਨੂੰ ਕੀ ਪਤਾ, ਆਜ਼ਾਦੀ ਹੋਈ 15 ਅਗਸਤ 1947, ਸਾਰਾ ਮੁਲਕ ਜਸ਼ਨ ਮਨਾ ਰਿਹਾ ਸੀ, ਆਪਣੇ ਬੈਨ ਪੈ ਰਹੇ ਸੀ ਇੱਥੇ, ਕਿਉਂਕਿ 10 ਲੱਖ ਬੰਦਾ ਮਾਰਿਆ ਗਿਆ ਜੀ। ਆਪਾਂ ਨੂੰ ਤਾਂ ਬਹੁਤ ਮਹਿੰਗੀ ਪਈ ਆਜ਼ਾਦੀ, ਇਹਨਾਂ ਨੂੰ ਕੀ ਪਤਾ ਦਾਦੇ ਨਾਨੇ ਨਾਨੀਆਂ ਭੂਆ ਫੁੱਫੜ ਤਾਂ ਆਪਣੇ ਮਰੇ ਨੇ,
ਇਹਨਾਂ ਨੂੰ ਕੀ ਪਤਾ ਆਜ਼ਾਦੀ ਕੀ ਹੁੰਦੀ ਹੈ? ਇਹ ਹੁਣ ਸਾਨੂੰ ਆਜ਼ਾਦੀ ਦੇ ਮਤਲਬ ਸਮਝਾਉਣ ਲੱਗ ਜਾਂਦੇ ਆ। ਸੋ ਇਸ ਕਰਕੇ ਇਹ ਜਿਹੜੇ ਝੂਠੇ ਦੇਸ਼ ਭਗਤ ਬਣਦੇ ਆ, ਇਹਨਾਂ ਦੇ ਪਿੱਛੇ ਨਾ ਲੱਗਿਓ, ਇਹਨਾਂ ਨੂੰ ਧਰਤੀ ਦਿਖਾਓ ਇੱਕ ਵਾਰੀ ਕਿ ਭਾਈ ਅਸੀਂ ਐਂ ਕਰ ਸਕਦੇ ਹਾਂ। ਜੇ ਪੰਜਾਬ 'ਚ ਕੀਤਾ, ਤੁਸੀਂ ਦੇਖ ਲਓ, ਪੰਜਾਬ 'ਚ ਪੀੜੀ ਹੀ ਬਦਲ ਕੇ ਰੱਖਤੀ, ਵਿੱਚ ਹੀ ਪ੍ਰਕਾਸ਼ ਵੱਡਾ ਬਾਦਲ, ਵਿੱਚ ਹੀ ਸੁਖਬੀਰ ਬਾਦਲ, ਵਿੱਚ ਹੀ ਮਜੀਠੀਆ, ਵਿੱਚ ਹੀ ਨਵਜੋਤ ਸਿੱਧੂ, ਵਿੱਚ ਹੀ ਮਨਪ੍ਰੀਤ ਬਾਦਲ, ਵਿੱਚ ਹੀ ਦੇਸ਼ ਪ੍ਰਤਾਪ ਕੈਰੋਂ, ਵਿੱਚ ਹੀ ਕੈਪਟਨ ਅਮਰਿੰਦਰ ਸਿੰਘ, ਵਿੱਚ ਹੀ ਆ ਭੱਠਲ ਇੱਥੇ ਕਾ ਗੁਆਂਢ ਵਾਲੀ, ਵਿੱਚ ਹੀ ਮਲੂਕੇ, ਵਿੱਚ ਹੀ ਭੂੰਦੜ, ਸਾਰੇ ਹੀ ਰਗੜਤੇ ਜੀ। ਲੋਕ ਕਹਿੰਦੇ ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਤੁਹਾਡਾ, ਜਾਓ ਘਰੇ ਜਾਓ, ਸ਼ਾਬਾਸ਼। ਪਬਲਿਕ ਹੈ, ਲੋਕ ਨੇ ਆ ਗਿਆ ਮੂਡ ਤੋਂ ਬਣ ਗਿਆ, ਮੂਡ ਬਥੇਰਾ ਸਮਝਾਇਆ ਨਾ ਕਰੋ ਨਾ ਕਰੋ, ਮੰਨੇ ਹੀ ਨਹੀਂ। ਜਦੋਂ 70,000 'ਤੇ ਹਰਾਏ ਉਦੋਂ ਬਾਅਦ ਮੰਨੇ ਨੇ। ਉਹਦੇ ਕੋਲ ਸੁਖਦੇਵ ਸਿੰਘ ਢੀਂਡਸਾ ਕੀ ਕਹਿੰਦਾ ਸੀ ਜਦੋਂ ਮੈਂ 2014 'ਚ ਲੜਿਆ? ਸੁਖਦੇਵ ਸਿੰਘ ਢੀਂਡਸਾ ਕਹਿੰਦਾ ਅੱਜ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਸੀ, ਐਂ ਹੱਥ ਬੰਨੇ ਹੋਏ ਸੀ ਪੋਸਟਰ 'ਤੇ, ਕਿਸੇ ਕੰਨ 'ਤੇ ਲੱਗਿਆ ਹੋਣਾ, ਕਹਿੰਦਾ ਮੈਨੂੰ ਫੋਟੋ ਦੇਖ ਕੇ ਬਹੁਤ ਹਾਸਾ ਆਇਆ। ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ। ਮੈਂ ਕਿਹਾ ਫਿਰ ਢੀਂਡਸਾ ਸਾਹਿਬ, ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਉਨਾ ਚਿਰ ਮੇਰੀ ਫੋਟੋ ਦੇਖ ਕੇ ਹੱਸ ਲਓ, ਵੋਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰਾ ਟੱਬਰ ਰੋਇਆ ਕਰੋਗੇ ਤੁਸੀਂ। ਦੇਖ ਲਓ ਅੱਜ ਤੁਸੀਂ ਮੇਰਾ ਨਾਂ ਲੈ ਦਿਓ, ਹੰਝੂ ਨਾਲ ਬੱਠਲ ਭਰ ਦਿੰਦੇ ਆ, ਉਹਦਾ ਨਾਂ ਨਾ ਲਓ, ਉਹਦਾ ਨਾਂ ਨਾ ਲਓ, ਬਸ ਹੈ ਜੀ। ਸੋ ਇਸ ਕਰਕੇ ਵੀਰੋ ਸਾਡਾ ਕਲਚਰ ਸਾਂਝਾ, ਕਿਉਂਕਿ ਮੈਂ ਤਾਂ ਪਹਿਲੀ ਇਲੈਕਸ਼ਨ ਵੀ ਇੱਥੋਂ ਲੜਿਆ, ਮੈਂ ਮੂਣਕੀ ਰਹਿੰਦਾ ਹੁੰਦਾ ਸੀ 2012 'ਚ। ਤੁਸੀਂ ਪੰਜਾਬ 'ਚ ਹੀ ਹੋ, ਉਹ ਤੁਸੀਂ ਤੁਸੀਂ ਪੰਜਾਬ ਵਾਲਿਆਂ ਨੂੰ ਆਪਣੇ 'ਚ ਲੈ ਲਓ, ਆਮ ਆਦਮੀ ਪਾਰਟੀ ਨੂੰ ਆਪਣੇ ਇੱਥੇ ਲਿਆਓ, ਪੰਜਾਬ ਬਣ ਜੂਗਾ। ਇੱਥੇ ਇਨਸਾਫ ਦਾ ਕੰਮ ਰਾਜ ਹੀ ਲੈ ਕੇ ਆਉਣਾ, ਆਪਾਂ ਕਿਉਂ ਆਪਣੀ ਧਰਤੀ ਛੱਡੀਏ? ਇਹਨਾਂ ਨੂੰ ਹਰਾਓ ਬਸ, ਇਹ ਹਾਰਨਗੇ। ਸੋ ਇਸ ਕਰਕੇ ਹਰਿਆਣੇ ਦੀਆਂ ਮੁਸ਼ਕਲਾਂ ਦੇ ਵਿੱਚ, ਕਿਉਂਕਿ ਨਾਲ ਲੱਗਦਾ ਉਹ ਡੱਬ ਵਾਲੀ ਤੋਂ ਲੈ ਕੇ ਨਾਲ ਲੱਗਦਾ, ਮੈਂ ਡੱਬ ਵਾਲੀ ਗਿਆ, ਮੈਂ ਫਤਿਹਾਬਾਦ ਗਿਆ, ਮੈਂ ਰਾਣੀਆਂ ਗਿਆ, ਮੈਂ ਰਤੀਏ ਗਿਆ, ਮੈਂ ਨਰਾਇਣਗੜ੍ਹ ਗਿਆ, ਮੈਂ ਸ਼ਾਹਬਾਦ ਗਿਆ, ਮੈਂ ਗੂਲੇ ਚੀਕੇ ਗਿਆ, ਮੈਂ ਮੁਰਥਲ ਗਿਆ, ਮੈਂ ਭਵਾਨੀ ਗਿਆ, ਮੈਂ ਝੱਜਰ ਗਿਆ, ਮੈਂ ਅੱਜ ਮੈਂ ਕਲੈਤ ਤੋਂ ਆਇਆ, ਅੱਜ ਆਖਣ ਹਾਂ ਅਗਲੇ ਦਿਨਾਂ 'ਚ ਪ੍ਰੋਗਰਾਮ ਕਿਧਰੇ ਹੋਰ ਬਣਨਗੇ ਪਿੱਪਲੀ ਵੱਲ ਦੇ। ਮੈਂ ਇੰਨੀ ਜਗ੍ਹਾ 'ਤੇ ਗਿਆ, ਚਾਹੇ ਹਰਿਆਣਵੀ 'ਚ ਬੋਲਣ, ਚਾਹੇ ਪੰਜਾਬੀ 'ਚ ਬੋਲਣ, ਚਾਹੇ ਹਿੰਦੀ 'ਚ ਬੋਲਣ, ਗੱਲ ਇੱਕੋ ਹੀ ਕਹਿੰਦੇ ਆ, ਮਾਰਾ ਪਿੱਛਾ ਛਡਵਾ ਦਿਓ ਭਾਜਪਾ ਸੇ। ਮੈਂ ਕਿਹਾ ਪਿੱਛਾ ਛਡਾਉਣ ਵਾਲੇ ਤਾਂ ਤੁਸੀਂ ਖੁਦ ਹੀ ਹੋ, ਅਸੀਂ ਤਾਂ ਤੁਹਾਨੂੰ ਕਿਸੇ ਢੰਗ ਦੱਸ ਦਾਂਗੇ ਕਿ ਆਹ ਬਟਨ ਦੱਬ ਦਿਓ, ਪਿੱਛਾ ਛੁੱਟ ਜੂਗਾ। ਸੋ ਹਰਿਆਣੇ ਦੀਆਂ ਮੁਸ਼ਕਲਾਂ, ਬੇਰੁਜ਼ਗਾਰੀ ਖਾਸ ਤੌਰ 'ਤੇ, ਕਰਪਸ਼ਨ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਹੈ, ਅਤੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਆਪ ਨਹੀਂ ਪਤਾ ਮੈਂ ਲੜਨਾ ਕਿੱਥੋਂ ਹੈ। ਹਰਿਆਣੇ ਦੇ ਪ੍ਰਧਾਨ ਨੇ ਕਹਿਤਾ ਇਹਨੂੰ ਲਾਡਵਾ ਤੋਂ ਲੜਾਵਾਂਗੇ, ਕਹਿੰਦਾ ਨਹੀਂ ਮੈਂ ਤਾਂ ਕਰਨਾਲ ਤੋਂ ਲੜੂੰਗਾ। ਆ ਕੱਲ੍ਹ ਜਿਹੜੀ ਆਈ ਹੈ ਲਿਸਟ, ਕਹਿੰਦੇ ਚੱਲ ਲਾਡਵਾ ਤੋਂ ਲੜ। ਉਹ ਜੋ ਮੁੱਖ ਮੰਤਰੀ ਨੂੰ ਆਪ ਨਹੀਂ ਪਤਾ ਮੇਰੀ ਸੀਟ ਕਿਹੜੀ ਹੈ, ਉਹ ਹਰਿਆਣੇ ਦਾ ਫਿਊਚਰ ਕੀ ਤੈਅ ਕਰੂਗਾ, ਹਰਿਆਣੇ ਕੇ ਭਵਿੱਖ ਕੇ ਬਾਰੇ ਮੈਂ ਕਿਆ ਬਤਾਏਗਾ, ਜਿਸ ਕੋ ਆਪਣੇ ਭਵਿੱਖ ਕਾ ਨਹੀਂ ਪਤਾ। ਸੋ ਇਸ ਲਈ ਮੈਂ ਸਭਸੇ ਆਵੇਦਨ ਨਿਵੇਦਨ ਕਰਨੇ ਆਇਆ ਹੂੰ ਕਿ ਆਮ ਆਦਮੀ ਪਾਰਟੀ ਸੱਚੀ ਸੁੱਚੀ ਪਾਰਟੀ ਹੈ, ਔਰ ਆਮ ਆਦਮੀ ਪਾਰਟੀ ਨਈ ਪਾਰਟੀ ਹੈ, ਨਯਾ ਜੋਸ਼ ਹੈ, 10 ਸਾਲ ਕੀ ਪਾਰਟੀ ਹੈ ਸਿਰਫ, ਔਰ 10 ਸਾਲ ਮੇਂ ਨੈਸ਼ਨਲ ਪਾਰਟੀ ਬਨ ਗਈ ਹੈ, 10 ਸਾਲ ਮੇਂ
सिर्फ 10 साल में दो राज्यों में हमारी सरकार है, 10 हमारे राज्यसभा के मेंबर हैं, 3 हमारे लोकसभा के मेंबर हैं, 5 हमारे गुजरात में एमएलए हैं, 2 हमारे गोवा में एमएलए हैं, मेहरौली में मध्य प्रदेश में हमारा मेयर है, चंडीगढ़ में हमारा मेयर है और चंडीगढ़ की एमसीडी हमारे पास है, दिल्ली की एमसीडी हमारे पास है। 10 साल में देश में ऐसी कोई पार्टी नहीं है जिसने इतनी तरक्की की हो। इसका कारण है, इसका प्रधान ईमानदार है, इसमें जो नौजवान बुजुर्ग और जितने समाज के सब वर्गों के लोग हैं, ईमानदार लोगों का एक एक समूह है। तो आप आइए इकट्ठे हो। पंजाब में 27 साल के, 30 साल के, 32 साल के, 35 साल के बच्चे बच्चियां एमएलए हैं, मंत्री हैं, यहां रिटायर ही नहीं होते यार। हद है यार, किसी नए लड़के को मौका दे दो, किसी नए को मौका देना जी, छोड़ती नहीं है। हम मौके दे दे थक गए, ये मौके मांग के थके नहीं। और ये लॉलीपॉप देंगे अभी बीजेपी वाले, खास तौर पे एक तो दे दिया कि 100 रुपया सिलेंडर सस्ता, कहते मास्टर स्ट्रोक, कमाल कर दी मोदी जी ने, 100 रुपया सिलेंडर सस्ता कर दिया। लेकिन ये पूछना चाहता हूं, महंगा किसने किया था 1000 रुपया? पहले महंगा कर दिया, 100 रुपया सस्ता कर दिया। कहते लोगों की याददाश्त इतनी है बस, महंगे वाले नहीं याद रखते, सस्ते वाला याद रहता है, क्योंकि वो इलेक्शन के आसपास आके वो दी होती है वो सहूलत। मैं गल सुनाने लगे थानू, ये 100 रुपये सस्ते वाले च ना आ जाओ वीर। किसी के घर कुड़ी का विआह सी, चंगा खानदान सी, इकलौती कुड़ी सी लाडली, कहिंदे धूमधाम से शादी करेंगे, सोना चांदी जेवरात, बड़े बड़े सोफा सेट, टीवी, बड़े बड़े अलमारियां, बेड खरीद लिए। आज लॉलीपॉप वाली गल याद रख लियो कि भगवंत मान आया सी, जाखल ते कह के गया सी, खरीद ले। कल नू सवेरे बरात आनी सी, अज शाम नू डाकुआ नू पता लग गया कि इस घर च माल है, ट्रक लेके आ गए, कुड़ी दे घरदियां नू एक कमरे च बंद करता, ते ट्रक दे विच सारा समान लद लिया, सारा समान ट्रक च भर के जो तुरन लगे तो डाकू सरदार कहना, एक मिनट मैं दसो कुड़ी का परिवार किहड़े कमरे च है? कहिंदा सरदार जी इस कमरे च है। कमरा खोलिया, टब्बर डरिया बैठा। डाकू सरदार कहना, किस लड़की की शादी है? वो कोई एक कुड़ी बेचारी डरी डरी जी खड़ी हुई, जी मेरी शादी है। डाकू सरदार ने 100 रुपया कढ़िया जेब चो, उन्हें शगन पा के उहदा सिर पलोसता, कहिंदा जिउंदी वसदी रहती है, तैनू परमात्मा सारियां खुशियां बख्शे, बुढ़ सागण होवे, सारी दुनिया दी खुशियां तेरी झोली च पैण, बहुत बहुत धन्यवाद, जिउंदी वसदी रहे, आशीर्वाद। उस तों बाद ट्रक लैके चले गए लुट के। अगले दिन पुलिस आ गई, कोई बंदा भी घर दा, लड़की दे घर दा कोई भी बंदा पुलिस को FIR लिखाउण वास्ते तैयार नहीं सी। कहिंदे लुट के भावें लै गए पर बंदे बड़े चंगे सी, 100 रुपया शगन दे गए कुड़ी नूं साडी नूं। आपां वी इहीं करदे आं, पौने 10 साल हरियाणा को लूट लिया,
बीजेपी ने कोई बात नहीं, लेकिन जाते जाते 100 रुपया सिलेंडर सस्ता कर गए थे यार। ये गल्लां च ना आयो, ये झाड़ू अपना चोन निशान मामा भैणां तां दसण दी वी लोड नहीं कि चोन निशान की है। ये तां सवेरे सवेरे 5 बजे नेरे च वी लभ लैंदियां ने कि चोन निशान कित्थे जे पिया अपना। ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪੈ ਜੇ ਸ਼ਾਮ ਨੂੰ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ। ਘਰ ਦਾ ਸਫਾਈ ਹੋਈ ਹੈ। ਇਹ ਝਾੜੂ ਸੇ ਪਹਿਲੇ ਹਮ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਤੇ ਥੇ, ਅਬ ਅਰਵਿੰਦ ਕੇਜਰੀਵਾਲ ਕੀ ਅਗਵਾਈ ਮੇ ਇਸ ਝਾੜੂ ਸੇ ਪੂਰਾ ਹਿੰਦੁਸਤਾਨ ਸਾਫ ਕੀਆ ਜਾਏਗਾ ਭਾਈ ਸਾਹਿਬ, ਪੂਰਾ ਹਿੰਦੁਸਤਾਨ। ਤੋ ਯੇ ਸਮਝਤੇ ਨਹੀਂ ਥੇ ਕੁਛ, ਕਿਆ ਕਹਤੇ ਥੇ? ਮੀਡੀਆ ਵਾਲੇ ਬੈਠੇ ਹੈ ਬੇਚਾਰੇ, ਚਲੋ ਸ਼ੁਕਰ ਹੈ ਆਏ ਹੈ, ਚਲੋ ਵੀਡੀਓ ਤੋਂ ਬਣਾ ਲੈਂਗੇ, ਚਲਾਨਾ ਉਨਕਾ ਕਾਮ ਹੈ, ਇਨਕੇ ਮਾਲਕੋਂ ਕਾ, ਵੀਡੀਓ ਤਾਂ ਬਣ ਜਾਏ, ਲਾਈਵ ਹੈ। ਚਲੋ ਤੁਸੀਂ, ਤੁਹਾਨੂੰ ਵੀ ਪਤਾ ਲੱਗ ਗਿਆ ਫਿਰ, ਠੀਕ ਹੈ। ਜੇ ਤੁਹਾਨੂੰ ਤੁਸੀਂ ਲਾਈਵ ਕਰਨ ਲੱਗ ਗਏ ਫਿਰ ਠੀਕ ਹੈ, ਫਿਰ ਬੱਦਲ ਬਾਈ ਠੀਕ ਹੈ, ਕਿਉਂਕਿ ਇਨਕੇ ਇਨਕਾ ਕਸੂਰ ਨਹੀਂ ਹੈ। ਇਨਕੋ ਤਾਂ ਉੱਪਰ ਸੇ ਉਹ ਹੋਤਾ ਕਿ ਜੇ ਚਲਾਨਾ ਜੇ ਨਹੀਂ ਚਲਾਨਾ, ਜੇ ਰੱਖਣਾ ਜੇ ਨਹੀਂ ਰੱਖਣਾ। ਸਰ ਮੈਂ ਕਹਿਣਾ ਚਾਹੁੰਦਾ ਕਿ ਪਹਿਲੇ ਜੇ ਕਹਤੇ ਥੇ ਪੱਤਰਕਾਰੋਂ ਨੇ ਮੁਝਸੇ ਪੂਛਾ, ਆਪਨੇ ਪੰਜਾਬ ਔਰ ਦਿੱਲੀ ਮੇ ਮੋਦੀ ਕੀ ਆਂਧੀ ਕੋ ਕੈਸੇ ਰੋਕਾ, ਬੀਜੇਪੀ ਕੀ ਆਂਧੀ ਕੋ ਕੈਸੇ ਰੋਕਾ। ਮੈਨੇ ਕਹਾ ਇਟਸ ਨਾਟ ਏ ਰੋਕਟ ਸਾਇੰਸ, ਵੈਰੀ ਵੈਰੀ ਸਿੰਪਲ। ਕਹਤੇ ਕੈਸੇ? ਮੈਨੇ ਕਹਾ ਬੀਜੇਪੀ ਕਾ ਚੁਣਾਵ ਚਿੰਨ੍ਹ ਕਿਆ ਹੈ? ਬੋਲੇ ਕਮਲ ਕਾ ਫੂਲ। ਮੈਨੇ ਕਹਾ ਆਮ ਆਦਮੀ ਪਾਰਟੀ ਕਾ ਚੁਣਾਵ ਚਿੰਨ੍ਹ ਕਿਆ ਹੈ? ਬੋਲੇ ਜੀ ਝਾੜੂ। ਮੈਨੇ ਕਹਾ ਕਮਲ ਕਾ ਫੂਲ ਕਹਾਂ ਉਗਤਾ ਹੈ? ਬੋਲੇ ਕੀਚੜ ਮੇ। ਮੈਨੇ ਕਹਾ ਝਾੜੂ ਕਿਆ ਕੰਮ ਕਰਤਾ ਹੈ? ਕਹਿੰਦੇ ਕੀਚੜ ਕੀ ਸਫਾਈ। ਮੈਨੇ ਕਹਾ ਦਿੱਲੀ ਔਰ ਪੰਜਾਬ ਮੇ ਹਮਨੇ ਝਾੜੂ ਸੇ ਕੀਚੜ ਸਾਫ ਕਰ ਦਿਆ, ਕਮਲ ਉਗੇ ਹੀ ਨਹੀਂ ਭਾਈ ਸਾਹਿਬ, ਕਮਲ ਹੈ ਨਹੀਂ ਹਮਾਰੇ ਪਾਸ। ਕਿਤਨੇ ਹੈ ਪੰਜਾਬ ਮੇ? ਪੰਜਾਬ ਮੇ ਕਿਤਨੇ ਐਮ ਐਲ ਏ? 117 ਮੇ ਸੇ 2 ਸਕੂਟਰ ਪੇ ਬੈਠ ਕੇ ਵੀ ਵਿਧਾਨ ਸਭਾ ਆ ਸਕਤੇ ਹੈ ਭਾਈ ਸਾਹਿਬ। ਔਰ ਦਿੱਲੀ ਮੇ ਕਿਤਨੇ ਹੈ? 6-7 ਇਨੋਵਾ ਮੇ ਆ ਜਾਏਂਗੇ। ਯੇ ਇਨੋਵਾ ਸਕੂਟਰ ਵਾਲੀ ਪਾਰਟੀ ਬਣ ਗਈ ਹੈ ਪੰਜਾਬ ਔਰ ਹਰਿਆਣਾ ਮੇ, ਅਬ ਦਿੱਲੀ ਮੇ, ਅਬ ਹਰਿਆਣਾ ਮੇ ਵੀ ਬਣਾ ਦੋ ਇਨਕੋ। ਯੇ ਤੋ ਆਪਕੀ ਮਰਜ਼ੀ ਹੈ, ਸਕੂਟਰ ਵਾਲੀ ਬਣਾਉਣੀ ਹੈ ਜਾਂ ਇਨੋਵਾ ਵਾਲੀ ਬਣਾਉਣੀ ਹੈ। ਚਲੋ ਮਰੂਤੀ ਪੇ ਕੰਮ ਹਮ ਸੌਦਾ ਫਿੱਟ ਕਰਤੇ ਹੈ ਕਿ 4-5, ਚਲੋ ਬਹੁਤ ਹੈ 4-5 ਵੀ ਆ ਜਾਏ ਗਨੀਮਤ ਹੈ, ਲੇਕਿਨ ਕੁਛ ਇਹਨਾਂ ਨੇ ਹਾਲ ਨਹੀਂ ਛੋੜਾ ਲੋਕਾਂ ਦਾ, 4-5 ਸੀਟੇ ਲੈਣੇ ਵਾਲਾ ਵੀ। ਤੋ ਪੱਤਰਕਾਰੋਂ ਨੇ ਮੁਝਸੇ ਪੂਛਾ, ਆਪ ਇਤਨੀ ਉਚਾਈ ਪਰ ਚਲੇ ਗਏ, ਡਰ ਨਹੀਂ ਲੱਗਤਾ? ਮੈਨੇ ਕਿਹਾ ਕਿਸ ਚੀਜ਼ ਕਾ? ਬੋਲੇ ਕਹੀਂ ਨੀਚੇ ਆ ਗਏ ਤੋ। ਮੈਂ ਕਿਹਾ 40 ਫੁੱਟ ਡੂੰਘੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਇਆ, ਉਦੋਂ ਥੱਲੇ ਤਾਂ ਪਾਣੀ ਹੈ, ਇਦੋਂ ਥੱਲੇ ਨਹੀਂ ਜਾ ਸਕਦੇ। ਸਾਨੂੰ ਉਚਾਈਆਂ ਤੋਂ ਡਰ ਵੀ ਨਹੀਂ ਲੱਗਦਾ, ਸਾਨੂੰ ਗਹਿਰਾਈਆਂ ਤੋਂ ਡਰ ਵੀ ਨਹੀਂ ਲੱਗਦਾ, ਡਰ ਲੱਗਦਾ ਉਸ ਵਾਹਿਗੁਰੂ ਤੋਂ, ਉਸ ਪਰਮਾਤਮਾ ਤੋਂ ਕਿ ਸਮੱਤ ਬਖਸ਼ੇ ਬਲ ਬਖਸ਼ੇ। ਸੋ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਆਉਣ ਵਾਲੀ 5 ਤਰੀਕ ਨੂੰ ਟੋਹਾਣਾ ਵਿਧਾਨ ਸਭਾ ਦੇ ਵਿੱਚ ਜੋ ਵੀ ਕੈਂਡੀਡੇਟ ਸਾਡਾ ਹੋਊਗਾ, ਸਾਡਾ ਸਾਥ ਦਿਓ, ਚੰਗੇ ਬੰਦਿਆਂ ਨੂੰ ਚੁਣੋ। ਚੰਗੇ ਬੰਦੇ ਪਾਰਲੀਮੈਂਟ 'ਚ ਵਿਧਾਨ ਸਭਾ ਜਾਣਗੇ ਤਾਂ ਚੰਗੇ ਕਾਨੂੰਨ ਬਣਨਗੇ, ਨਹੀਂ ਤਾਂ ਜਿਹੋ ਜਿਹੇ ਬੰਦੇ ਭੇਜੀ ਜਾਂਦੇ ਆ ਉਹ ਜਿਹੇ ਕਾਨੂੰਨ ਬਣਾਈ ਜਾਂਦੇ ਆਪਣੇ ਹੱਕ ਦੇ, ਲੋਕਾਂ ਦੇ ਹੱਕ ਦਾ ਕੁਛ ਨਹੀਂ ਬਣਦਾ। ਸੋ ਮੈਂ ਇੱਕ TV 'ਤੇ ਇੰਟਰਵਿਊ ਦੇ ਰਿਹਾ ਸੀ, ਮੈਨੂੰ ਕਹਿੰਦੇ ਸਾਡਾ ਰੈਪਿਡ ਰਾਊਂਡ ਹੈ, ਰੈਪਿਡ ਰਾਊਂਡ। ਕਹਿੰਦੇ ਮੈਂ ਕੁਛ ਨੇਤਾਓਂ ਕੇ ਨਾਮ ਲੂੰਗੇ, ਆਪਕੇ ਦਿਮਾਗ ਮੇ ਉਨਕੇ ਬਾਰੇ ਮੇ ਕਿਆ ਆਤਾ ਹੈ, ਇੱਕਦਮ ਸੇ ਬੋਲ ਦੇਣਾ। ਮੈਨੇ ਕਿਹਾ ਠੀਕ ਹੈ। ਬੋਲੇ ਸੁਖਬੀਰ ਬਾਦਲ। ਮੈਨੇ ਕਿਹਾ ਪਹਾੜੋਂ ਵਾਲੇ ਸਕੂਲੋਂ ਮੇ ਪੜ੍ਹੇ ਹੈ, ਪੰਜਾਬੀ ਬੋਲਣੀ ਵੀ ਨਹੀਂ ਆਤੀ, ਪੜ੍ਹਨੀ ਵੀ ਨਹੀਂ ਆਤੀ,
लिखनी भी नहीं आती, लेकिन पंजाब के वारिस बनना चाहते हैं, ये हो नहीं सकता। कहते कैप्टन अमरिंदर सिंह, मैं कहा महलों में रहने वाले लोग हैं, जब मुगलों का राज था मुगलों के साथ थे, जब अंग्रेजों का राज था अंग्रेजों के साथ थे, जब कांग्रेस का राज था कांग्रेस के साथ थे, जब अकाली दल का राज था अकाली दल के साथ थे, आजकल भाजपा का राज है तो भाजपा के साथ हैं, पब्लिक के साथ कभी हुए नहीं। बोले नरेंद्र मोदी, मैंने कहा जी किसी भी बात को किसी भी बात से कहीं से भी जोड़ तोड़ के कहीं भी जोड़ के कुछ भी बोल सकते हैं, और फिर कहते हैं मैं गारंटी देता हूं। कहते कैसे, चंद्रयान को लॉन्च करने चले गए हमारे प्रधानमंत्री, इसरो ने जो हमारी कंपनी है जैसे वो नासा है हमारी इसरो है, इसरो ने लॉन्च करना था चंद्रयान, प्रधानमंत्री जी चले गए मोदी जी और वहां भाषण देने लगे, भाषण तो हर जगह देते हैं वो, भाषण देने लगे, बोले इसरो से मेरा पुराना नाता है। मैं देख रहा था, मैंने अपने माथे पे हार मारा, मैं क्या अठवीं का सर्टिफिकेट लभदा नहीं, इसरो दी गल करी जाता है, इसरो च तां पढ़े लिखे साइंटिस्ट जाते हैं, इहदा इसरो नाल की नाता है, मैं किवें जोड़ूगा नाता हुण। तो कहिंदा मैं जदों स्कूल च पढ़दा सी, जदों दूजी तीजी क्लास च पढ़दा सी, तां मैं पढ़ाई चों हथ तंग सी, इस करके हरेक टीचर मैनू आके कहिंदा सी अब तू इसरो में बैठ, अब इसरो में, अब इसरो में, अब इसरो में, इसरो से मेरा पुराना नाता है। बोले अरविंद केजरीवाल, मैंने कहा भगत सिंह का शेर बोलूंगा कि इस कदर वाकिफ हो गई है मेरी कलम मेरे किरदार से कि इश्क भी लिखना चाहता हूं, इनकलाब लिखा जाता है। तो उसके बाद सबसे मुश्किल सवाल किया, कहते भगवंत मान, अब मैं अपने बारे में क्या बोलूं भाई, मैं कहा जी अच्छा, मैं बोलिया, मैं कहा जे मैं देखा अमला बल्ले तो कख नहीं मेरे पल्ले, जे मैं देखा अमला बल्ले तो कख नहीं मेरे पल्ले, जो मैं देखा लोकां दी रहमत बल्ले तो बल्ले बल्ले बल्ले। सो दोस्तों, ये आपकी कृपा है, ये आपकी रहमत है, पब्लिक की रहमत है, वरना आज के जमाने में कौन प्यार करता है, कौन नेताओं को सुनने आता है, भाई से भाई की नहीं बनती। तो इसीलिए मेरी तो पगड़ी में फूल, शाम तक पूरा पग मेरी भर जाती है फुलां नाल, गड्डी भर जाती है। मैं सोचदा परमात्मा अगे अरदास करदा, परमात्मा यह कोई पुराने जन्मां दा पुन नहीं है जिहड़ा मेरे फुल मेरी पग चों लभदे ने, मावां मेरा सिर पड़ोसदियां ने, मुंडे खुंडे मोढ़े ते हत्थ रख के सैल्फियां कराउंदे ने, यह प्यार ही है। नहीं तो देख लो बीजेपी वालों का, अकाली वालों का, कांग्रेस वालों का हाल यह है कि उन्होंने हाथ मिला के बाद उंगलियां गिणनिया पैंदियां ने, पूरियां ने जां लै गए बई कदी, तो लिजा भी सकते गिण लिया करो। सो इस करके अपना राज लैके आओ, आप अगे आओ, इन्हां दे धीआं पुत्तां नूं कहो कि हुण तुसीं बोरी बिस्तरा बन लो। सो मैं ये गल तुहाडे कोल कहण आया, दो नारे लाउणे ने ਉਹ ਫਿਰ ਤਿਹਾੜ ਜੇਲ੍ਹ ਦੀਆਂ ਕੰਧਾਂ ਨੂੰ ਚੀਰ ਕੇ ਕੇਜਰੀਵਾਲ ਸਾਹਿਬ ਤੱਕ ਪਹੁੰਚਣ ਕਿ ਹਾਂ ਹਰਿਆਣੇ ਵਾਲੇ ਹੈਗੇ ਨੇ, ਮੇਰੇ ਵਾਲੇ ਹੈਗੇ ਨੇ, ਕਿਉਂਕਿ ਹਰਿਆਣਾ ਉਹਨਾਂ ਦਾ ਹੀ ਹੈ, ਜਿਹੜੀ ਮੇਰੀ ਧਰਤੀ ਹੈ ਉੱਥੋਂ ਆਵਾਜ਼ ਆਈ ਹੈ ਇਨਕਲਾਬ ਜ਼ਿੰਦਾਬਾਦ ਦੀ, ਤਾਂ ਉਹਨਾਂ ਨੂੰ ਥੋੜ੍ਹਾ ਸਕੂਨ ਮਿਲੇ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ। ਉੱਧਰ ਤਾਂ ਚੱਲ ਪਹੁੰਚ ਗਿਆ, ਚੰਡੀਗੜ੍ਹ ਵੀ ਬੈਠੇ ਨੇ ਕੁਛ ਤੁਹਾਡੇ ਬੰਦੇ, ਆਹ ਜਿਹੜੇ ਚੰਡੀਗੜ੍ਹ ਜਿਹੜੇ ਤੁਹਾਡੇ ਬੈਠੇ ਨੇ ਨਾ ਸਾਰੇ ਮੰਤਰੀ ਸ਼ੰਤਰੀ ਹਰਿਆਣੇ ਵਾਲੇ, ਉਹਨਾਂ ਤੱਕ ਵੀ ਆਵਾਜ਼ ਪਹੁੰਚਾ ਦੀਏ, ਇੱਕ ਥੋੜ੍ਹਾ ਜਿਹਾ ਹੋਰ ਉੱਚੀ ਕਰ ਦਿਓ ਇਨਕਲਾਬ ਇਨਕਲਾਬ ਭਾਰਤ ਮਾਤਾ ਕੀ ਬੋਲੇ ਸੋਨਾਲ। ਕੀ ਕਹਾਂ,
ਲੋਕੋ ਕੋ ਅਕਸਰ ਕਹਿਤੇ ਸੁਨਾ ਹੈ ਕਿ ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ। ਜਾਖਲ ਵਾਲਿਓ, ਮੈਂ ਭੁੱਲੂੰਗਾ ਨਹੀਂ ਇਸ ਪਿਆਰ ਨੂੰ। ਆਰਾਮ ਨਾਲ ਜਾਇਓ, ਹੌਲੀ ਜਾਇਓ, ਬਜ਼ੁਰਗ ਵੀ ਨੇ, ਮਾਵਾਂ ਨੇ, ਭੈਣਾਂ ਨੇ, ਬੱਚੇ ਨੇ, ਮਿਲਦੇ ਰਵਾਂਗੇ। ਜਿੰਨਾ ਮਾਨ ਸਨਮਾਨ ਤੁਸੀਂ ਦਿੱਤਾ ਮੈਂ ਨਾਲ ਲੈ ਕੇ ਜਾਊਂਗਾ ਔਰ ਆਪਣੇ ਦਿਲ 'ਚ ਸੰਭਾਲ ਕੇ ਰੱਖੂੰਗਾ। ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਬੇਨਤੀ ਹੈ ਜੀ, ਰਾਸ਼ਟਰੀ ਗਾਨ ਹੋਊਗਾ, ਉਸ ਤੋਂ ਬਾਅਦ